ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਏ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਪਰਮਿੰਦਰ ਸਿੰਘ ਸਿੱਧੂ। ਇਸ ਵਕਤ ਮੇਰੇ ਨਾਲ ਇੱਧਰ ਬਾਬਾ ਬਲਜੀਤ ਸਿੰਘ ਦਾਦੂਵਾਲ ਜੁੜ ਚੁੱਕੇ ਨੇ। ਦਾਦੂਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਦੂ ਸਾਹਿਬ, ਜਿਸ ਤਰੀਕੇ ਨਾਲ ਪਿਛਲੇ ਦਿਨਾਂ ਤੋਂ ਇੱਕ ਖਬਰਾਂ ਚੱਲ ਰਹੀਆਂ ਨੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੌਂਕਿਆਂ ਨੂੰ ਲੈ ਕੇ, ਜਿਸ ਤਰੀਕੇ ਨਾਲ ਉਹਨਾਂ ਦੀ ਸ਼ਹਾਦਤ ਹੋਈ ਹੈ, ਉਸ ਤੋਂ ਬਾਅਦ ਪਹਿਲੀ ਵਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਤੁਸੀਂ ਸਾਰੇ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਪਹਿਲੀ ਗੱਲ ਤਾਂ ਦੇਖੋ, ਬਹੁਤ ਹੀ ਮੰਦਭਾਗੀ ਗੱਲ ਆ ਜੀ, ਕਿ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ 1986 ਦੇ ਵਿੱਚ ਸ੍ਰੀ ਅਕਾਲ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੀ ਸਿੰਘ ਸਾਹਿਬ ਗੁਰਦੇਵ ਸਿੰਘ ਕੌਂਕੇ ਨੂੰ ਇਸ ਤਰ੍ਹਾਂ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਹੋਵੇ ਤੇ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਮਿਲੀ ਹੋਵੇ, ਜੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਟਹਿਰੇ ਬਜਾਏ ਜੇਕਰ ਉਹਨਾਂ ਦੇ ਨਾਮ ਨਸ਼ਰ ਹੋਣੇ ਸੀ ਤਾਂ ਉਹ ਰਿਪੋਰਟ ਹੀ ਦੱਬ ਦਿੱਤੀ ਗਈ। ਉਦੋਂ ਵੀ ਵੱਧ ਦੁੱਖ ਦੀ ਗੱਲ ਆ, ਜੁਰਮੋਂ ਸਿਤਮ ਦੀ ਗੱਲ ਆ ਜੀ। 31 ਸਾਲਾਂ ਬਾਅਦ ਇੱਕ ਰਿਪੋਰਟ ਜਿਹੜੀ ਆ ਉਹ ਵੀ ਹਿਊਮਨ ਰਾਈਟ ਗਰੁੱਪ ਵੱਲੋਂ, ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਨਸ਼ਰ ਕੀਤੀ ਜਾਂਦੀ ਹੈ, ਜਿਹਦੇ ਚ ਸਾਰਾ ਕੁਛ ਸਾਹਮਣੇ ਆਉਂਦਾ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਾਹਿਬ ਦਾ ਸ਼ਹੀਦੀ ਦਿਹਾੜਾ ਪਹਿਲੀ ਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਨਾਉਂਦੀ। ਪਹਿਲਾਂ ਉਹਨਾਂ ਦਾ ਪਰਿਵਾਰ ਤੇ ਸਿੱਖ ਜਥੇਬੰਦੀ ਉਹਨਾਂ ਦੇ ਪਿੰਡ ਤਾਂ ਸ਼ਹੀਦੀ ਸਮਾਗਮ ਕਰਦੇ ਸੀ 1 ਜਨਵਰੀ ਦਾ, ਪਰ ਹੁਣ ਅਕਾਲ ਬੰਦੀਆਂ ਨੇ ਐਲਾਨ ਕਰਤਾ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ। ਤੋ ਮੈਂ ਸਮਝਦਾ ਕਿ ਬਹੁਤ ਦੁਖਦਾਈ ਗੱਲ ਆ, ਦੋਸ਼ੀਆਂ ਨੂੰ ਕਟਹਿਰੇ ਚ ਖੜਾ ਕਰਨਾ ਚਾਹੀਦਾ, ਸਜ਼ਾ ਦੇਣੀ ਚਾਹੀਦੀ। ਉਦੋਂ ਬੇਅੰਤ ਸਿੰਘ ਮੁੱਖ ਮੰਤਰੀ, KBS ਗਿੱਲ DGP ਤੇ ਉਦੋਂ ਘੋਟਣੇ ਵਰਗੇ ਪੁਲਿਸ ਅਫਸਰ ਤੇ ਜਿਨ੍ਹਾਂ ਨੇ ਸਾਰਿਆਂ ਰਲ ਮਿਲ ਕੇ ਜਿਹੜਾ ਸੀਗਾ ਇੱਕ ਨਾਮ ਬਾਣੀ ਦੇ ਰਸੀਏ, ਬਾਣੀ ਬਾਣੇ ਦੇ ਧਾਰਨੀ, ਚੜ੍ਹਦੀ ਕਲਾ ਵਾਲੇ ਸਿੰਘ ਜਿਹੜੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਇਸ ਤਰ੍ਹਾਂ ਸ਼ਹੀਦ ਕਰ ਦਿੱਤਾ, ਉਹਨਾਂ ਨੂੰ ਤਾਂ ਜਿਹੜੇ ਮਰ ਗਏ ਜਿਹੜੇ ਬਚੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ। ਔਰ ਜਿਹੜੇ ਰਿਪੋਰਟਾਂ ਦੱਬ ਕੇ ਬੈਠੇ ਰਹੇ ਉਹਨਾਂ ਤੇ ਵੀ ਕਾਰਵਾਈ ਧਾਰਮਿਕ ਤੇ ਕਾਨੂੰਨੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਰਿਪੋਰਟਾਂ ਜਨਤਕ ਕਿਉਂ ਨੀ ਕੀਤੀਆਂ ਜਦੋਂ ਰਾਜ ਭਾਗ ਸੀ, ਸੱਤਾ ਸੀ ਉਹਨਾਂ ਕੋਲੇ, ਤੇ ਸੱਤਾ ਵੀ ਰਾਜ ਭਾਗ ਵੀ ਉਹਨਾਂ ਨੇ ਇਹ ਕਹਿ ਕੇ ਪੰਥ ਤੇ ਪੰਜਾਬ ਨੂੰ ਲਿਆ ਸੀ ਕਿ ਜਦੋਂ ਸਾਡਾ ਸਮਾਂ ਆਏਗਾ ਸਰਕਾਰ ਬਣਾਓ ਤਾਂ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ, ਜਿਹੜੇ ਸਿੱਖ ਬੇਕਸੂਰ ਸਿੱਖ ਨੌਜਵਾਨਾਂ ਤੇ ਕਾਤਲ ਉਹਨਾਂ ਨੂੰ ਸਜ਼ਾ ਦੇਵਾਂਗੇ। ਪਰ ਸਜ਼ਾ ਦੇਣ ਦੀ ਬਜਾਏ ਜਿਹੜੀ ਸੀ ਉਹ ਰਿਪੋਰਟ ਹੀ BP ਤਿਵਾੜੀ ਵਾਲੀ ਜਾਂਚ ਕਮਿਸ਼ਨ, ਜਿਹੜਾ IPS ਆਫਿਸਰ ਸੀਗਾ ਜਿਹਨੇ ਦੋਸ਼ੀਆਂ ਦੇ ਨਾਂ ਬਕਾਇਦਾ ਨਜ਼ਰ ਕੀਤੇ ਸੀਗੇ, ਉਹ ਰਿਪੋਰਟ ਨੂੰ ਹੀ ਸਿਰਾਣੇ ਥੱਲੇ ਦੱਬ ਲਿਆ। ਇਹ ਸਭ ਤੋਂ ਵੱਧ ਦੁਖਦਾਈ ਜਿਹੜੀ ਗੱਲ ਆ। ਦਾਦੂ ਸਾਹਿਬ, ਜਿਸ ਤਰੀਕੇ ਨਾਲ ਬਾਦਲ ਪਰਿਵਾਰ ਕਹਿੰਦਾ ਕਿ ਸਾਡਾ ਕੋਈ ਇਸ ਵਿੱਚ ਦੋਸ਼ ਹੀ ਨਹੀਂ ਹੈਗਾ, ਸਾਡੀ ਉਸ ਵੇਲੇ ਸਰਕਾਰ ਹੀ ਨਹੀਂ ਸੀਗੀ, ਇਹ ਤਾਂ ਪੰਥ ਤੇ ਕੌਮ ਨੇ ਤੈਅ ਕਰਨਾ। ਦੇਖੋ, ਜਦੋਂ ਇਹ ਨਹੀਂ ਕਹਿੰਦੇ ਕਿ ਜਦੋਂ ਉਹ ਸ਼ਹੀਦ ਕੀਤੇ ਗਏ ਉਦੋਂ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਸੀ, ਉਦੋਂ ਦਾ ਬੇਅੰਤ ਸਿੰਘ ਮੁੱਖ ਮੰਤਰੀ ਸੀ, ਬੁੱਚੜ ਸੀ, ਉਹਨੂੰ ਪੰਜਾਬ ਦਾ ਬੁੱਚੜ ਕਹਿੰਦੇ ਆ, ਉਦੋਂ ਤਾਂ ਸਰਕਾਰ ਉਸਦੀ ਸੀ। ਪਰ 1997 ਚ ਇਹ ਕਹਿ ਕੇ ਸਰਕਾਰ ਬਣਾਈ ਸੀ। ਅੱਜ ਵੀ ਮੈਨੂੰ ਫੋਨ ਆਏ ਕਿਲਾ ਰਾਏਪੁਰ ਏਰੀਏ ਦੇ ਵਿੱਚੋਂ, ਜੀ ਉਹ ਕਹਿੰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਏਰੀਏ ਤੋਂ ਉਦੋਂ MLA ਦੀ ਇਲੈਕਸ਼ਨ ਜਿਹੜਾ ਸੀਗਾ ਉਹ ਲੜ ਕੇ ਜਿੱਤੇ ਸੀਗੇ, ਉਹਨਾਂ ਨੂੰ ਖਤਰਾ ਸੀ ਕਿ ਦੂਜੀ ਜਗ੍ਹਾ ਤੋਂ ਕਿਤੇ ਮੈਂ ਹਾਰ ਨਾ ਜਾਵਾਂ।
ਸਾਵਾਂ ਤੋਂ ਸ਼ਾਇਦ ਚੋਣ ਲੜੇ ਸੀ ਤੇ ਕਿਲ੍ਹਾ ਰਾਜਪੁਰ ਦੇ ਪਿੰਡ ਪਿੰਡ ਉਹ ਕਹਿੰਦੇ ਸਾਡੇ ਕੋਲ ਤਾਂ ਰਿਕਾਰਡਿੰਗਾਂ ਵੀ ਪਈਆਂ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਚੋਣ ਜਲਸਿਆਂ 'ਚ ਕਹਿੰਦਾ ਸੀ ਕਿ ਮੈਨੂੰ ਬਣਾਓ ਤੇ ਮੈਂ ਜਥੇਦਾਰ ਕੌਂਕੇ ਦੇ ਕਾਤਲਾਂ ਨੂੰ ਕਟਹਿਰੇ 'ਚ ਖੜਾ ਕਰੂੰਗਾ। ਉਹ ਪਿੰਡਾਂ ਦੇ ਲੋਕਾਂ ਦੇ ਮੈਨੂੰ ਕਈ ਥਾਵਾਂ ਤੋਂ ਕਿਲ੍ਹਾ ਰਾਜਪੁਰ ਦੇ ਆਲੇ ਦੁਆਲੇ ਉਹਨਾਂ ਪਿੰਡਾਂ 'ਚ ਹੀ ਜ਼ਿਆਦਾ ਜਥੇਦਾਰ ਕੌਂਕੇ ਸਾਹਿਬ ਪ੍ਰਚਾਰ ਕਰਦੇ ਹੁੰਦੇ ਸੀ, ਕਥਾ ਕਰਦੇ ਸੀ, ਉਹਨਾਂ ਇਲਾਕਿਆਂ 'ਚ ਅੰਮ੍ਰਿਤ ਸੰਚਾਰ ਕਰਦੇ ਸੀ। ਜੀ ਉਹ ਕਹਿੰਦੇ ਵੀ ਸਾਨੂੰ ਤਾਂ ਉਸ ਵੇਲੇ ਦੀਆਂ ਜਿਹੜੀਆਂ ਹੈਗੀਆਂ ਸਾਡੇ ਕੋਲ ਰਿਕਾਰਡਿੰਗਾਂ ਵੀ ਪਈਆਂ, ਜਲਸਿਆਂ 'ਚ ਬੋਲਦਾ ਸੀ ਪ੍ਰਕਾਸ਼ ਸਿੰਘ ਬਾਦਲ, ਪਰ ਜਦੋਂ ਸਰਕਾਰ ਬਣ ਗਈ ਪਹਿਲੀ ਗੱਲ ਤਾਂ ਸਾਰੀ ਗੱਲਬਾਤ ਹੀ ਦੱਬ ਦਿੱਤੀ, ਜਥੇਦਾਰ ਕੌਂਕੇ ਦਾ ਕਦੇ ਨਾਂ ਹੀ ਨਹੀਂ ਲਿਆ। ਜਦੋਂ ਪੰਥਕ ਜਥੇਬੰਦੀਆਂ ਨੇ ਦਬਾਅ ਬਣਾਇਆ ਤਾਂ ਫਿਰ ਇੱਕ IPS BP ਦਵਾੜੀ ਦਾ ਕਮਿਸ਼ਨ ਬਣਾਇਆ, ਜਦੋਂ ਉਹਨੇ ਇੱਕ ਸਾਲ ਬਾਅਦ ਰਿਪੋਰਟ ਦੇ ਦਿੱਤੀ, ਰਿਪੋਰਟ 'ਚ ਦੋਸ਼ੀਆਂ ਦੇ ਨਾਂ ਦੇ ਦਿੱਤੇ, ਤਾਂ ਫਿਰ ਜਿਹੜੀ ਰਿਪੋਰਟ ਸੀ ਉਹ ਪ੍ਰਕਾਸ਼ ਸਿੰਘ ਬਾਦਲ ਨੇ ਦੱਬ ਲਈ, ਉਹਨੂੰ ਜਨਤਕ ਹੀ ਨਹੀਂ ਕੀਤਾ, ਉਦੋਂ ਰਾਜ ਰਿਹਾ, ਉਦੋਂ ਬਾਅਦ 'ਚ ਦੋ ਵਾਰ ਫਿਰ ਚੀਫ ਮਿਨਿਸਟਰ ਬਣਿਆ, ਤਾਂ ਫਿਰ ਵੀ ਉਹ ਜਿਹੜੀ ਰਿਪੋਰਟ ਸੀ ਜਨਤਕ ਨਹੀਂ ਕੀਤੀ ਪ੍ਰਕਾਸ਼ ਸਿੰਘ ਬਾਦਲ ਨੇ। ਸੁਖਬੀਰ ਸਿੰਘ ਬਾਦਲ ਵੀ ਡਿਪਟੀ CM ਬਣਿਆ ਇਸ ਤੋਂ ਬਾਅਦ, ਦੋ ਵਾਰ 8 ਸਾਲ ਲਗਾਤਾਰ ਡਿਪਟੀ CM ਰਿਹਾ, ਜੀ ਉਹਨੇ ਵੀ ਇਸ ਰਿਪੋਰਟ ਨੂੰ ਜਿਹੜਾ ਸੀ ਜਨਤਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਇਹ ਵੀ ਦੋਸ਼ ਆ ਪ੍ਰਕਾਸ਼ ਸਿੰਘ ਬਾਦਲ ਦਾ ਕਿ ਉਹਨੇ ਇਸ ਰਿਪੋਰਟ ਦੀ ਕ੍ਰੈਡੀਬਿਲਟੀ ਖਤਮ ਕਰਨ ਲਈ ਇੱਕ ਹੋਰ ਉੱਤੇ ਕਮਿਸ਼ਨ ਜਿਹੜਾ ਸੀ ਬਣਾ ਕੇ ਸ਼ਿਵ ਕੁਮਾਰ ਦਾ, ਤੇ ਉਸ ਰਿਪੋਰਟ ਨੂੰ ਮਿੱਟੀ ਘੱਟੇ ਰੋਲਣ ਦਾ ਯਤਨ ਕੀਤਾ, ਜੀ ਦੋਸ਼ੀਆਂ ਨੂੰ ਕਲੀਨ ਚਿੱਟ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਦਬਾਅ ਵੀ ਦਿੱਤੀ ਆਪਦੇ ਵੱਲੋਂ ਤਾਂ। ਜੀ ਪਰ ਅੱਜ ਜਿਹੜੀ ਗੱਲ ਆ ਉਹ ਸਾਰੇ ਚਿੱਟੇ ਦੇਣ ਵਾਂਗੂ ਸੰਸਾਰ ਦੇ ਸਾਹਮਣੇ ਆ ਕਿ ਜਿਨ੍ਹਾਂ ਨੇ ਸ਼ਹੀਦ ਕੀਤਾ ਉਹ ਵੀ ਦੋਸ਼ੀ ਤੇ ਜਿਨ੍ਹਾਂ ਨੇ ਰਿਪੋਰਟ ਨੂੰ ਦੱਬ ਕੇ ਰੱਖਿਆ ਉਹ ਵੀ ਦੋਸ਼ੀ ਆ। ਔਰ ਇਸ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਜਥੇਦਾਰ ਰਘਵੀਰ ਸਿੰਘ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਵੀ ਕੀਤੇ ਆ ਕਿ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਹੈ ਜਥੇਦਾਰ ਤੋਂ ਕਿ ਕਾਨੂੰਨੀ ਦੇ ਨਾਲ ਨਾਲ ਜਿਹੜੇ ਲੋਕਾਂ ਨੇ ਰਿਪੋਰਟਾਂ ਦੱਬ ਕੇ ਰੱਖੀਆਂ ਉਹਨਾਂ ਤੇ ਧਾਰਮਿਕ ਕਾਰਵਾਈ ਵੀ ਹੋਣੀ ਚਾਹੀਦੀ ਹੈ। ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਫਕਰੇ ਗਾਉਂ ਵਾਪਸ ਲਿਆ ਜਾਣਾ ਚਾਹੀਦਾ, ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਕੇ ਧਾਰਮਿਕ ਸਜ਼ਾ ਲਾਉਣੀ ਚਾਹੀਦੀ ਆ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਲੈਣਾ ਚਾਹੀਦਾ ਵਾ ਕਿ ਉਹਨਾਂ ਨੇ ਜਿਹੜੇ ਕੰਮ ਵਾਸਤੇ ਪੰਥ ਨੂੰ ਕਹਿੰਦੇ ਪੰਥ ਦੀ ਸਰਕਾਰ ਜਾਂ ਅਕਾਲੀ ਦਲ ਦੀ ਸਰਕਾਰ, ਤੇ ਜੇ ਉਹ ਕੰਮ ਹੀ ਨਹੀਂ ਕਰਨਾ, ਕੰਮ ਕਰਨੇ ਪੰਥ ਵਿਰੋਧੀ ਕੌਮ ਵਿਰੋਧੀ ਤੇ ਕਹਾਉਣਾ ਪੰਥ ਦੀ ਸਰਕਾਰ, ਕਰਨੇ ਕੌਮ ਨਾਲ ਗਦਾਰੀ ਦੇ ਕੰਮ ਤੇ ਲੈਣੇ ਪੰਥ ਰਤਨ ਤੇ ਫਕਰੇ ਕੌਮ, ਇਹਨੂੰ ਪੰਥ ਬਰਦਾਸ਼ਤ ਨਹੀਂ ਕਰਦਾ। ਇਹ ਜਥੇਬੰਦੀਆਂ ਨੇ ਸੰਘਰਸ਼ ਵਿੱਢਿਆ, ਹੁਣ 9 ਤਰੀਕ ਨੂੰ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਤਰਤਾ ਸੱਦੀ ਹੈ ਵਿਚਾਰ ਵਟਾਂਦਰੇ ਲਈ ਸੂਹ ਸੰਤ ਮਹਾਂਪੁਰਸ਼ਾਂ ਜਥੇਬੰਦੀਆਂ ਦੀ, ਤੇ 10 ਤਰੀਕ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕੱਤਰਤਾ ਸੱਦੀ ਹੈ, ਨਾਲੇ ਸ਼ਹੀਦੀ ਦਿਹਾੜਾ ਉੱਥੇ ਮਨਾ ਰਹੇ ਜਥੇਦਾਰ ਕੌਂਕੇ ਸਾਹਿਬ ਦਾ। ਜੀ ਦਦੋਲ ਸਾਹਿਬ, ਜਿਸ ਤਰੀਕੇ ਦੇ ਨਾਲ ਬਿਰਸਾ ਸਿੰਘ ਬਟੋਆ ਕਹਿ ਰਹੇ ਨੇ ਕਿ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਅਕਾਲੀ ਦਲ ਨੂੰ, ਜਾਂ ਉਹ ਕਹਿ ਰਹੇ ਨੇ ਕਿ ਉਸ ਵੇਲੇ ਮੈਨੂੰ ਇਹ ਲੱਗਦਾ ਸੀ ਕਿ ਮੈਂ ਵੀ ਜਿਹੜਾ ਹੈਗਾ ਸਵਰਨ ਸਿੰਘ ਘੋਟਨੇ ਉੱਤੇ ਅਸੀਂ ਵੀ ਕਾਰਵਾਈ ਕਰਨਾ ਚਾਹੁੰਦੇ ਸੀ। ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾ ਕਿ ਬਥੇਰਿਆਂ ਨੂੰ ਜਿਹੜਾ ਸੀਗਾ ਸੌਦਾ ਉਸ ਵੇਲੇ ਲਾਇਆ ਵੀ ਆ ਇਹੋ ਜਿਹਿਆਂ ਨੂੰ, ਜੇ ਚਾਹੁੰਦੇ ਸੀਗੇ, ਪਰ ਅੱਜ ਇਹਨਾਂ ਦੇ ਹਾਲਾਤ ਬਦਲੇ। ਅੱਜ ਤਾਂ ਇੱਕ ਰਾਤ ਪੰਜਾਬੀ ਚੈਨਲ ਤੇ ਡਿਬੇਟ ਵਿੱਚ ਮੇਰੇ ਨਾਲ ਹੀ ਸੀ ਵੱਡੋ, ਆ ਰਾਤ ਤਾਂ ਉਹ ਰਿਪੋਰਟ ਨੂੰ ਹੀ ਘੱਟੇ ਮਿੱਟੀ ਰੋਲਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਰਾਤ ਤਾਂ ਉਹ ਆਪਣੇ ਆਪ ਨੂੰ ਆਪਣੀ ਪਾਰਟੀ ਨੂੰ ਕਲੀਨ ਚਿੱਟ ਦਿਵਾਉਣ ਵਾਸਤੇ ਸਾਰੀ ਰਿਪੋਰਟ ਨੂੰ ਹੀ ਖਾਰਜ ਕਰ ਰਿਹਾ ਸੀਗਾ, ਰਿਪੋਰਟ ਚ ਤਾਂ ਹੈ ਹੀ ਕੁਝ ਨਹੀਂ ਹੈ।
ਤੇ ਮੈਂ ਕਿਹਾ ਫਿਰ ਭਾਈ ਸਾਹਿਬ ਆਪਣੇ ਜਥੇਦਾਰ ਸਾਹਿਬ ਨੂੰ ਪੁੱਛੋ ਜਾ ਕੇ ਵੀ ਜੇ ਰਿਪੋਰਟ 'ਚ ਹੈ ਹੀ ਕੁਛ ਨੀ ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕਾਹਦਾ ਜਾਰੀ ਕੀਤਾ ਵਾ ਕਾਨੂੰਨੀ ਕਾਰਵਾਈ ਕਰਨ ਦਾ। ਤੋ ਕਹਿਣ ਤੋਂ ਭਾਵ ਆ ਕਿ ਜਿੱਥੇ ਫਸਦੇ ਹੁੰਦੇ ਆ ਉੱਥੇ ਸਾਰਾ ਕੁਛ ਚੇਂਜ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਆ, ਜਿਵੇਂ ਰਾਤ ਵਿਰਸਾ ਸਿੰਘ ਬਟੋਆ ਇੱਕ ਪੰਜਾਬੀ ਚੈਨਲ ਤੇ ਕਰ ਰਿਹਾ ਸੀ। ਅਸੀਂ ਤਾਂ ਇਹ ਚਾਹੁੰਦੇ ਹਾਂ, ਦੇਖੋ ਪਹਿਲੇ ਦਿਨ ਤੋਂ ਸਾਡੀ ਇਹ ਗੱਲ ਰਹੀ ਹੈ ਕਿ ਕਿਸੇ ਵੀ ਬੇਕਸੂਰ ਨੂੰ ਸਜ਼ਾ ਨਾ ਦਿੱਤੀ ਜਾਵੇ, ਕਸੂਰਵਾਰ ਬਖਸ਼ਿਆ ਨਾ ਜਾਏ, ਚਾਹੇ ਕੋਈ ਕਿੱਡਾ ਸਰਮਾਏਦਾਰ ਹੋਵੇ, ਕਿੱਡਾ ਸਿਆਸੀ ਪਰਿਵਾਰ ਹੋਵੇ, ਚਾਹੇ ਕਿੱਡਾ ਪੁਲਿਸ ਅਫਸਰ ਹੋਵੇ। ਜੀ ਬਹੁਤ ਬਹੁਤ ਧੰਨਵਾਦ ਅਦਵਾਲ ਸਾਹਿਬ ਸਮਾਂ ਦੇਣ ਦੇ ਲਈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।